ਜਦੋਂ ਖਾੜਕੂ ਲਹਿਰ ਐਨ ਜੋਬਨ ਦੇ ਉੱਤੇ ਸੀ, ਮਾਨੋ ਦਿੱਲੀ ਦਰਬਾਰ ਦਾ ਸੰਘ ਸੁੱਕਾ ਪਿਆ, ਪੰਜਾਬੀ ਗੱਭਰੂਆਂ ਦੀਆਂ ਗਤੀਵਿਧੀਆਂ ਵੇਖ ਕੇ ਜ਼ਾਲਮ ਪੁਲਿਸ ਮੁਖੀ KPS ਗਿੱਲ ਪਿੰਡਾਂ ਵਿੱਚ ਲੱਗਾ ਛਾਪੇ ਮਾਰਨ। ਉਹਨੇ ਸਾਰੇ ਅਫਸਰਾਂ ਨੂੰ ਸੱਦ ਕੇ ਹਦਾਇਤਾਂ ਕੀਤੀਆਂ ਵੀ ਆਪਣੇ ਆਪਣੇ ਜ਼ਿਲ੍ਹੇ ਵਿੱਚ ਸਖ਼ਤੀ ਕਰ ਦਿਓ, ਜਿਹੜਾ ਵੀ ਗੁਰੂ ਕੇ ਲਾਲਾ ਨੂੰ ਕਤਲ ਕਰੇਗਾ ਉਹਦੇ ਮੋਢੇ ਦੇ ਉੱਤੇ ਸਟਾਰਾਂ ਦੀ ਗਿਣਤੀ ਵੱਧਦੀ ਜਾਏਗੀ। ਮਾਨੋ ਤਰਨ ਤਾਰਨ ਜ਼ਿਲ੍ਹਾ ਉਹਨਾਂ ਯੁੱਗਾਂ ਦੇ ਅੰਦਰ ਉਹਨਾਂ ਸਮਿਆਂ ਦੇ ਵਿੱਚ ਇਹ ਖਾੜਕੂ ਲਹਿਰ ਦਾ ਜਿਹੜਾ ਗੜ੍ਹ ਮੰਨਿਆ ਜਾਂਦਾ ਸੀ। ਤਰਨ ਤਾਰਨ ਦਾ ਉਸ ਵਕਤ ਪੁਲਿਸ ਦਾ ਮੁਖੀ ਜਿਹੜਾ ਖੂਬੀ ਰਾਮ ਸੀ। ਜਦੋਂ KPS ਗਿੱਲ ਨੇ ਆਰਡਰ ਦਿੱਤਾ ਸਭ ਤੋਂ ਮੂਹਰੇ ਹੋ ਕੇ ਜ਼ਾਲਮ ਖੂਬੀ ਰਾਮ ਪਿੰਡਾਂ ਵਿੱਚ ਛਾਪੇ ਮਾਰਦਾ ਏ, ਇਸ ਇਲਾਕੇ ਦਾ ਬੱਬਰ ਖਾਲਸਾ ਜਥੇਬੰਦੀ ਦਾ ਉੱਚ ਕੋਟੀ ਦਾ ਜੁਝਾਰੂ ਭਾਈ ਜਸਵਿੰਦਰ ਸਿੰਘ ਜੱਜ ਜੌਹਲ ਜੌਹਲ ਰਾਜੂ ਸਿੰਘ ਦੇ ਰਹਿਣ ਵਾਲਾ ਸੁਈਆਂ ਨੇ ਖੂਬੀ ਰਾਮ ਨੂੰ ਦੱਸਿਆ ਵੀ ਗਾਰਦਾਂ ਚਾੜਦੇ ਬਾਬਾ ਜੱਜ ਜੌਹਲ ਮਾਝੇ ਦਾ ਉੱਚ ਕੋਟੀ ਦਾ ਖਾੜਕੂ ਅੱਜ ਆਪਦੇ ਪਿੰਡ ਜੌਹਲ ਰਾਜੂ ਸਿੰਘ ਵਿਖੇ ਬੈਠਾ ਏ ਔਰ ਗਾਰਦਾਂ ਚਾੜ ਕੇ ਉਹਨੂੰ ਫੜ ਲਿਆ ਜਾਏ ਤਾਂ ਕਿ ਇਹ ਖੂਬੀ ਰਾਮ ਹੰਕਾਰਿਆ ਹੋਇਆ ਤਾਕਤ ਦੇ ਗਰੂਰ ਵਿੱਚ ਕਿਵੇਂ ਜੌਹਲ ਰਾਜੂ ਸਿੰਘ ਨੂੰ ਆ ਕੇ ਘੇਰਾ ਪਾ ਕੇ ਖਾੜਕੂਆਂ ਨੂੰ ਫੜਨ ਦਾ ਸੁਪਨਾ ਲੈਂਦਾ, ਉਸ ਵਕਤ ਦਾ ਵੇਰਵਾ ਕਿਉਂ ਪੇਸ਼ ਕੀਤਾ ਜਾ ਰਿਹਾ ਹੈ। Independence from India is their goal. They will go to any length to achieve it. ਅੱਜ ਦੇ ਮਜੇ ਜੱਜ ਜੌਹਲ ਬਾਬੇ ਨੇ ਪੁਲਿਸ ਪਾਈ ਸੁੱਕਾ।